ਚਾਈਨਾ ਜੋ ਕਿੱਥੋਂ ਆਇਆ ਵਾ ਵੇ ਤੇ ਕਿਉਂ ਪੁੱਛਾਂ ਯਾਰ ਪਈ ਬੈਠੀ ਹੈ ਨਾ ਪਾਵੇ ਸਹੀ ਆਪ ਪਾਵੇ ਇਹਦੀ ਇੱਜ਼ਤ ਹੈ ਲੋਕ ਅਕਸਰ ਨਿਜ਼ਾਮ ਖਾਨ ਦੀ ਗੱਲ ਨਹੀਂ 50000 ਦਾ ਸੋਟ ਪਈ ਹੁੰਦੀ ਹੈ ਏ ਇਹਦੀ ਇੱਜ਼ਤ ਪੜਦਾ ਹੈ ਨਾ ਅਸਰ ਪਾਵੇ ਸਹੀ ਲਾਹਵੇ ਨਾਮ ਦਾ ਆਹ ਦਾਸ ਨਹੀਂ ਕੋਈ ਹੈ ਵਾਤ ਕਰਦੇ ਆ ਸੁਣੇ ਮੈਂ ਮੇਰੀ ਆਦੀ ਮੈਂ ਵਜਾ ਕੁਆਲਿਟੀ ਦੇ ਵਿੱਚ ਕੋਈ ਸ਼ੋਅ ਹੋਵੇ ਅੱਛਾ ਉੱਥੇ ਆ ਕੇ ਜਦੋਂ ਡਾਂਸ ਮਾਨਸ ਜੀਵੇ ਮੈਂ ਕਰਾਂ ਉੱਥੇ ਡਾਂਸ ਇੱਕ ਪਾਰਟੀ ਦੇ ਵਿੱਚ ਹਾਂ ਸ਼ੋਅ ਦੇ ਵਿੱਚ ਜੀ ਜੀ ਜੋ ਕਿ ਪੈਸੇ ਕਹਿੰਦੇ ਅਗਰ ਇਹ ਆਦੀਏ ਕਿ ਮੈਂ ਜੋ ਕਿ 5000 5000 ਲੱਖ ਰੁਪਏ ਉਤੋਂ ਗਿਣ ਕੇ ਆ 50 ਪੈਸੇ ਚੋਕੇ ਗਏ ਸੀ ਭਾਈ ਜਾਨ 50000 ਰੁਪਏ ਐਡਵਾਂਸ ਦੇ ਸਨ ਇਹ ਕੁੜੇ ਸਨ ਹਾਂ ਜਿਹੜੇ ਵੀ ਇਹ ਸ਼ੋਅ ਤੇ ਵਿੱਚ ਮੈਂ ਕਿ ਚੁ 5000 ਤੇ ਬਈ ਚਵੇ ਸੀ ਕਿਆ ਮਤਲਬ ਮੇਰੀ ਰੋਟੀ ਕੌਣ ਖਾਏ ਸਰ ਗੁੰਡਾ ਦਾ ਪੁੱਤਰ ਮੈਂ ਨਹੀਂ ਬੈਠਾ ਮੈਂ ਆਪੇ ਰੋਜ਼ ਲੈਣਾ ਭਾਜਾ ਚਾਹ ਸਾਹ ਤੇ ਉਹ ਭਾਈ ਦਾ 200 ਦੀ ਹੋਟਲ ਤੋਂ ਮੰਗਾਇਆ ਹੋਇਆ ਹੈ ਕਿਉਂ ਰੰਗ ਦੇ ਹੁੰਦੇ ਹੋਟਲ ਤੋਂ ਖਾਂ ਗੱਲ ਸੁਣੇ ਓਏ ਨਹੀਂ ਤਾਂ ਆ ਕੇ ਫਾਇਦਾ ਹੋਵੇ ਪੁੱਤ ਭਾਵਾ ਪਹਿਲੇ ਹੀ ਪੁੱਛ ਕਰੋ ਵੀ ਇਹ ਫਾਇਦਾ ਹੋਵੇ ਅਜਾ ਕਹਿੰਦੇ ਆ 100 ਦਿਨ ਚ ਪੇਲਾ ਜਿਹਦੇ ਬਾਹਰੇ ਕੋਨੀ ਬਾਹ ਉਹ ਬਾਹ ਬਾਹ ਬਾਹਰੇ ਨਾ ਨਾ ਮੇਰਾ ਉਹ ਵੱਡਾ ਬਿਰਾ ਅਗੜ ਤੇ ਸੋਣ ਦੇਖ ਸੁਕੂਨ ਨਹੀਂ ਪਤਾ ਸਕਦੇ ਕਰ ਸਮਝ ਕੀ ਲੋ ਕਿ ਤੁਸੀਂ ਬੇਈਮਾਨ ਹੋ ਜੀ ਇੱਕ ਇੱਕ ਆ ਕੇ ਪੁੱਛਣਾ ਹੈ ਸਾਰਾ ਦਿਨ ਤਬਾਹ ਹੋ ਕੇ ਥੱਕ ਗਿਆ ਅੰਨ ਤੱਕ ਰੋਟੀ ਨਹੀਂ ਪਕਾਈ ਨਾ ਜੀ ਭਾਈ ਇਹ ਆ ਇਹਦੇ ਮੂੰਹ ਕਰ ਬੈਠੇ ਹਿੱਦੇ ਬਾਜੀ ਹਿੱਦੇ ਮੂੰਹ ਦੇ ਕੁੜੀ ਦਾ ਮੂੰਹ ਦੇ ਕਰ ਬਾਜੀ ਆ ਇਹਦੇ ਐ ਮੈਂ ਕੁੜੀ ਦੇ ਵਿੱਚ ਚਮਤ ਮਾਰ ਬੈਠੀ ਕੁੰਡੀ ਤੇਰੀ ਚਮਤ ਮੇਰਾ ਸਾਡੇ ਚੀ ਪਾਈ ਕਾਹੀ ਇਹ ਤੁਲੇ ਧਾਨ ਬਾਬਾ ਉਹ ਕੁ ਲੱਗੀ ਵਧੀ ਹੈ ਛੋੜ ਤੂੰ ਪਾਣੀ ਮਾਰ ਤੂੰ ਬਾਤ ਹੀ ਗੱਲ ਨਾ ਕਰ ਲੈਟ ਵਾਲੇ ਦਾ ਚੋ ਤੂੰ ਨਹੀਂ ਪੀਏ ਕੀ ਕਰਾਂ ਪਿਉ ਗੱਲ ਵਾਲੇ ਚਲੋ ਹੋਇਆ ਸਾਫ ਕਿਆ ਹੈ ਭਾਈ ਜਾਨ ਤੂੰ ਸਾ ਮਹਿਮਾਨ ਤੂੰ ਸਾਕਣਾ ਸਾਰਾ ਦੀ ਕਮਾ ਕਮਾ ਥੱਕਿਆ ਅੰਨ ਤੱਕ ਰੋਟੀ ਨਹੀਂ ਪਕਾਈ ਨਾ ਜੀ ਅਗਰ ਰੋਟੀ ਪਕਾਈ ਬੇਟੀ ਤੇ ਸ਼ਾਦੀ ਪੱਕੀ ਤੇ ਬਾਰੇ ਨਾ ਕੋਈ ਗੱਲ ਸਾਡੀ ਤੇ ਭੈਣ ਹੈ ਖੋਤੀ ਦੇ ਪੁੱਤਰ ਤੂੰ ਆਵੇ ਤੇਰੇ ਦੇ ਬੈਠ ਕੋਲੇ ਕੱਪੜ ਤੇ ਫਿਰ ਚੁੱਪ ਸਾ ਮੇਰੀ ਕਮਾ ਫਿਰ ਲਾ ਮਹਿਮਾਨ ਇਹ ਤੋਤਾ ਕੁਝ ਭਾ ਭਾ ਸੋਣਾ ਨਾ ਕੋ ਭੇਜ ਕਿਆ ਕਰਾਂ ਸਾਰੀ ਕਮਾ ਕਮਾ ਥੱਕਿਆ ਅੰਨ ਤੱਕ ਰੋਟੀ ਨਹੀਂ ਪਕਾਈ ਨਾ ਜੀ ਭਾਈ ਉਹ ਗੱਲ ਚਲੋ ਇੱਕ ਮਿੰਟ ਕੈਮਰਾ ਲਾ ਮੈਂ ਦੇ माहौलियाती ड्रामा है ਕਿਹੜੀ ਲੰਬੀ ਹੈ ਭਾਈ ਅਗਰ ਬਾਪੀ ਦੀ ਪਤਾ ਚੁੱਕੀ ਤਾਂ ਵੈਸੇ ਹੀ ਸਦਕੇ ਵਜ ਇੱਥੇ ਤਾਂ ਪੌੜੀ ਲਾਉਣੀ ਕੋਸ਼ਿਸ਼ ਕੀ ਹੈ ਸਾਥੇ ਪਾਗਲ ਹੈ ਇਹ ਸਾਡੀ ਦੀ ਗੱਲ ਹੈ ਅਗਰ ਮੈਂ ਰਾਜੀ ਦੇ ਜਾ ਧੱਕਾ ਵਾਲਾ ਬੰਦਾ ਕੀ ਹੈ ਤੇ ਯਾਰ ਇਹਨੇ ਰਿਸ਼ਤਾ ਕਰ ਦਿਓ ਆਪਣੀ ਵੱਤ ਕਾ ਠੀਕ ਹੈ ਹੁਣ ਉਹ ਭਾਈ ਜਾਨ ਰਿਸ਼ਤਾ ਉਹ ਵੇਲੇ ਥੀ ਸੀ ਜਿਵੇਂ ਮੇਰੇ ਤਰੇ ਸਵਾਲਾਂ ਦਾ ਜਵਾਬ ਦੇ ਸੀ ਕਿਹੜੇ ਤੇ ਮੇਰੇ ਕੋਲੋਂ ਪੁੱਛੋ ਪੁੱਛਣਾ ਜਿਵੇਂ ਨਹੀਂ ਜਿਵੇਂ ਰਿਸ਼ਤਾ ਕੋਈ ਸਾਉਣ ਨਾ ਹੁੰਦਾ ਨਾ ਤੇਰੇ ਭੈਣ ਜਾਂ ਕੋਈ ਮਜਬੂਰੀਆਂ ਨਾ ਤਾਂ ਪੁੱਛਦਾ ਕਿਹੜੀਆਂ ਮਜਬੂਰੀਆਂ ਦੱਸੇ ਸਾਲ ਤੂੰ ਲਾ ਲਿਆ ਹਾਂ ਆ ਸੁਣਾ ਮੇਰੀ ਜੀ ਭੈਣ ਮੇਰੀ ਸ਼ਰਮਾਂਦੀ ਜੀ ਸ਼ਾਦੀ ਕੋਲ ਪਹਿਲੇ ਨੇ ਆ ਕੇ ਮੈਂ ਕਹਾਂ ਗਿਆ ਮਰਦ ਨਾਲ ਗੱਲ ਨਹੀਂ ਕਰਨੀ ਜਿਹੜੀ ਗੱਲ ਕਰਨੀ ਉਹਦੇ ਬਿਨਾਂ ਨਾ ਕਰੋ ਜੀ ਜੀ ਕਰੀ ਦੀਆਂ ਸ਼ਰਤਾਂ ਮੈਂ ਤਾਂ ਕੁੜ ਸਰ ਅੱਧਾ ਮੇਰੇ ਨਾਲ ਇੱਥੇ ਖੜੀ ਇੱਥੇ ਆ ਕੇ ਦੱਸੋ ਭਾਈ ਜਾਨ ਕਿਹੜੀ ਕਿਹੜੀ ਗੱਲ ਪੁੱਛੀ ਖੜੀ ਏ ਨਹੀਂ ਉਹ ਤਾਂ ਪੁੱਛੋ ਅੱਛਾ ਗਾ ਇਹ ਦਿਨ ਪੁੱਛਿਆ ਕਿ 500 ਦੇ ਕੇ ਬਜੇ ਨਹੀਂ ਨਹੀਂ ਗਾ ਸੁਣਾ ਮੇਰੀ ਜੀ ਭੈਣ ਮੇਰੀ ਨਖਰੇ ਵਾਲੀ ਜੀ ਕੇ ਬੜੇ ਲਾਡਾ ਨਾਲ ਮੈਂ ਪਾਲੇ ਇਹ ਗੱਲ ਨਹੀਂ ਤੂੰ ਹੀ ਕੋ ਸ਼ਾਦੀ ਕੋ ਬਾਅਦ ਘਾਟ ਦੇ ਕੇ ਬਜੇ 500 ਰੁਪਿਆ ਠੀਕ ਹੈ ਇਹਦਾ ਕੋਈ ਦਾਲ ਸਾਲ ਪਕਾ ਕੇ ਦੇ ਕੇ ਸ਼ਾ ਸਹੀ ਹੈ ਤੂੰ ਵਾਪਸ ਘਰ ਆਵੇਂ ਇਹਨੇ ਅਗੂ ਪਕਾਇਆ ਹੋਵੇ ਮੁਰਗਾ ਤੂੰ